ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕਮ ਜੀ। ਉਮੀਦ ਕਰਨਾ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਤੇ ਆਬਾਦ ਰੱਖੇ, ਇਸ ਦੇ ਮੁਸਕਰਾਉਂਦਿਆਂ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਂਦੇ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫ਼ਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਇੱਕ ਪਿਆਰਾ ਜਿਹਾ ਕਮੈਂਟਸ ਕਰੋ। ਅਤੇ ਜਿਉਂ ਜਿਉਂ ਕਬੂਤਰ ਬਹਿਣਗੇ ਉਹਨਾਂ ਦੀ ਵੀਡੀਓ ਬਣਾਵਾਂਗੇ। ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਆਖਰ ਤੱਕ ਪੂਰੀ ਦੇਖੋ, ਪਿਆਰਾ ਜਿਹਾ ਕਮੈਂਟਸ ਇੱਕ ਲਾਜ਼ਮੀ ਕਰਿਓ ਅਤੇ ਅਗਲੀ ਫਿਰ ਤੋਂ ਵਾਸਤੇ ਵੀ ਦੁਆ ਕਰਿਓ। ਅਤੇ ਦੂਸਰੇ ਲੋਕ ਕਬੂਤਰ ਬਹਿੰਦਾ, ਉਸ ਵੇਲੇ ਦੁਬਾਰਾ ਮਿਲਣੇ ਆ। ਮਾਸ਼ਾਅੱਲਾ ਦੋਸਤੋ ਤੇ ਭਰਾਓ, 4:16 ਹੋ ਗਏ ਨੇ, ਸਾਰੇ ਕਬੂਤਰ ਉੱਪਰ ਉੱਡਦੇ ਨੇ ਪਏ ਅਤੇ ਸਾਰੇ ਸ਼ੋ ਨੇ। ਦੋਸਤੋ ਭਰਾਓ, ਐਫਾਨ ਸਾਹਿਬ ਮੈਂ ਕੁਝ ਕੱਪੜੇ ਦੇਣ ਚੱਲੇ ਨੇ ਪਰਬਤ ਵਾਲੇ ਮੱਲੇ, ਇਹ ਬਾਹਰ ਭੇਜਣੇ ਨੇ ਇਹਨੂੰ। ਦੋਸਤੋ ਤੇ ਭਰਾਓ, 5:30 ਹੋ ਗਏ ਨੇ, ਮਾਸ਼ਾਅੱਲਾ ਸਾਰੇ ਪਰਿੰਦੇ ਉੱਪਰ ਉੱਡਦੇ ਨੇ ਪਏ। ਦੋਸਤ ਭਰਾ ਸ਼ੋ ਕਰ ਰਹੇ ਨੇ, ਗੱਪ ਸ਼ੱਪ ਲਾ ਰਹੇ ਨੇ। ਐ ਭਾਈ ਰਿਮਨ ਸਾਹਿਬ ਆਏ ਨੇ ਅੱਜ, ਯਾਰ ਮੁਹੰਮਦ ਮਾਸ਼ਾਅੱਲਾ ਦੋਸਤੋ ਤੇ ਭਰਾਓ, ਇਹ ਪਹਿਲਾ ਕਬੂਤਰ ਬਹਿੰਦਾ ਪਿਆ। ਮਾਸ਼ਾਅੱਲਾ ਜੀ, ਬੈਠਣ ਦੇ ਬਿਲਕੁਲ ਕਰੀਬ, 6:17:31। ਮਾਸ਼ਾਅੱਲਾ ਦੋਸਤੋ ਭਰਾਓ, ਅੱਜ ਦਾ ਦੂਸਰਾ ਪਰਿੰਦਾ ਇਹ ਜੇ ਮਾਦੀ ਪੀ ਬਹਿੰਦੀ ਹੈ। ਮਾਸ਼ਾਅੱਲਾ ਜੀ, ਇਹ ਦੂਸਰਾ ਪਰਿੰਦਾ ਅੱਜ ਦਾ। ਮਾਸ਼ਾਅੱਲਾ ਦੋਸਤੋ ਭਰਾਓ, ਇੱਕ ਕਬੂਤਰ ਹੋਰ ਬਹਿਣ ਦੇ ਕਰੀਬ ਆਏ ਆ। ਮਾਸ਼ਾਅੱਲਾ ਦੋਸਤੋ ਭਰਾਓ, ਤੀਸਰਾ ਕਬੂਤਰ ਪਿਆ ਬਹਿਣ। ਮਾਸ਼ਾਅੱਲਾ ਦੋਸਤੋ ਭਰਾਓ, ਇਹ ਚੌਥਾ ਪਰਿੰਦਾ ਪਿਆ ਪਾਉਂਦਾ ਆ ਕੇ, ਠੀਕ ਹੈ। ਬਾਕੀ ਵੀ ਅੱਲਾ ਹੈਰ ਕਰੇ ਤੇ ਪੂਰੇ ਬਹਿ ਜਾਣਗੇ। ਜਿਸ ਵੇਲੇ ਨੀਵਾਂ ਆਉਂਦਾ ਫਿਰ ਇਹਦੀ ਵੀਡੀਓ ਬਣਾਉਂਦੇ ਹਾਂ। ਇਹ ਸਾਹਮਣੇ ਫਿਰਦਾ ਪਿਆ, ਅਗਲੀ ਫਿਰ ਤੋਂ ਵਾਸਤੇ ਵੀ ਦੁਆ ਕਰਿਓ ਲਾਜ਼ਮੀ। ਮਾਸ਼ਾਅੱਲਾ ਦੋਸਤੋ ਭਰਾਓ, ਸਲੇਟੀ ਕਬੂਤਰ ਨੇ ਇਰਾਦਾ ਕਰ ਲਿਆ ਬਹਿਣੇ ਦਾ, ਇਹ ਚੌਥਾ ਕਬੂਤਰ ਅੱਜ ਦਾ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਮਾਸ਼ਾਅੱਲਾ ਬੜੀ ਅੱਛੀ ਪ੍ਰਵਾਸ ਦਿੱਤੀ ਸੋ, ਬਿਲਕੁਲ ਬੈਠਣ ਦੇ ਕਰੀਬ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਹੀ ਅੱਛੀ ਪ੍ਰਵਾਸ ਦਿੱਤੀ ਹੈ ਇਸ ਲੇਟੀ ਕਬੂਤਰ ਨੇ। ਦੂਰਬੀਨ ਦਿੰਦੇ ਹਾਂ ਤੁਹਾਨੂੰ ਇੱਕ ਮਿੰਟ।
ਮਾਸ਼ਾਅੱਲਾ ਜੀ, ਬਿਲਕੁਲ ਬੈਠਣ ਦੇ ਕਰੀਬ ਬਹਿ ਗਿਆ ਜੀ। 6:33:15 ਮਾਸ਼ਾਅੱਲਾ ਦੋਸਤੋ ਭਰਾਓ, ਤਰੇ ਪਰਿੰਦੇ ਰਹਿੰਦੇ ਨੇ ਅਤੇ ਤਰੇ ਵੇ ਪੇ ਫਿਰਦੇ ਨੇ। ਮਾਸ਼ਾਅੱਲਾ ਬੜੀ ਅੱਛੀ ਪਰਵਾਜ਼ ਦਿੱਤੀ ਨੇ, ਠੀਕ ਹੈ। ਅਤੇ ਜਿਸਲੇ ਬਹਿੰਦੇ ਨੇ ਵੀਡੀਓ ਬਣਾਉਂਦੇ ਹਾਂ। ਮਾਸ਼ਾਅੱਲਾ ਦੋਸਤੋ ਅਤੇ ਭਰਾਓ, ਪੰਜਵਾਂ ਕਬੂਤਰ ਬਹਿਣ ਦੇ ਬਿਲਕੁਲ ਕਰੀਬ ਹੈ। ਦੇਖਦੇ ਹਾਂ ਬਹਿੰਦਾ ਹੈ ਜਾਂ ਝੱਟ ਫਿਰਦਾ ਹੀ ਹੈ। ਦੋਸਤੋ ਪਰ ਉਹ ਵੀਡੀਓ ਲੰਬੀ ਆਉਣੀ ਹੈ, ਰੋਕ ਲਈਏ। ਮਾਸ਼ਾਅੱਲਾ ਦੋਸਤੋ ਪਰ ਉਹ ਕਬੂਤਰ ਬਿਲਕੁਲ ਨਜ਼ਦੀਕ ਆਏ ਨੇ ਬਹਿਣ ਦੇ ਕਰੀਬ, ਬਹਿ ਜਾਓ ਆਰਾਮ ਸਕੂਨ ਨਾਲ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਬਿਲਕੁਲ ਬਹਿਣ ਦੇ ਕਰੀਬ ਹੈ ਕਬੂਤਰ, ਬਸ ਬਹਿਣ ਲਿਆ। ਮਾਸ਼ਾਅੱਲਾ ਜੀ, ਬੜੀ ਅੱਛੀ ਪਰਵਾਜ਼ ਦਿੱਤੀ ਸੋ। ਮਾਸ਼ਾਅੱਲਾ ਦੋਸਤੋ ਤੇ ਭਰਾਓ, ਬਿਲਕੁਲ ਬਹਿਣ ਦੇ ਕਰੀਬ। ਇਹ ਦੋਸਤੋ ਭਰਾਓ ਕਾਰ ਦਾ ਸ਼ਾਹ ਸਿਰਾ, ਮਾਸ਼ਾਅੱਲਾ ਜੀ, ਬਿਲਕੁਲ ਬੈਠਣ ਦੇ ਕਰੀਬ। ਛੇ 52:12 ਮਾਸ਼ਾਅੱਲਾ ਦੋਸਤੋ ਤੇ ਭਰਾਓ, ਇਹ 6ਵਾਂ ਕਬੂਤਰ ਬਹਿੰਦਾ ਪਿਆ। ਮਾਸ਼ਾਅੱਲਾ ਜੀ, ਬੜੀ ਅੱਛੀ ਪਰਵਾਜ਼ ਦਿੱਤੀ ਸੋ। ਇਹ 6ਵਾਂ ਪਰਿੰਦਾ, ਵੀਡੀਓ ਜ਼ਰਾ ਰੋਕਨੇ ਆ। ਮਾਸ਼ਾਅੱਲਾ ਜੀ, 6ਵਾਂ ਪਰਿੰਦਾ ਬਹਿੰਦਾ ਪਿਆ। ਮਾਸ਼ਾਅੱਲਾ ਜੀ, ਬਿਲਕੁਲ ਬੈਠਣ ਦੇ ਕਰੀਬ। ਮਾਸ਼ਾਅੱਲਾ ਜੀ, ਬਿਲਕੁਲ ਬਹਿਣ ਦੇ ਕਰੀਬ। ਛੇ 54:35 ਮਾਸ਼ਾਅੱਲਾ ਦੋਸਤੋ ਭਰਾਓ, ਆਖਰੀ ਕਬੂਤਰ ਹੈ ਪਿਆ ਬਹਿੰਦਾ, ਫੈਸਲ ਵਾਲਾ। ਇਹ ਆਖਰੀ ਕਬੂਤਰ ਹੈ ਅੱਜ ਦਾ ਨਾ, ਬਿਲਕੁਲ। ਅਤੇ ਦੋਸਤੋ ਭਰਾਓ, ਵੀਡੀਓ ਥੋੜ੍ਹੀ ਦੇਰ ਰੋਕਨੇ ਆ ਜਾਂ ਵੇਖਦੇ ਹਾਂ। ਮਤੇ ਬੀਟ ਲਾਈ ਕਬੂਤਰ ਨੇ, ਬਹਿ ਚੱਲੇ।
ਮਾਸ਼ਾਅੱਲਾ ਜੀ, ਆਖਰੀ ਕਬੂਤਰ ਬਿਲਕੁਲ ਬੈਠਣ ਦੇ ਕਰੀਬ, ਬਿਲਕੁਲ ਬੈਠਣ ਦੇ ਕਰੀਬ। 6:55:35 ਦੋਸਤੋ ਤੋਂ ਭਰਾਓ ਮੁਨਸਫ ਬਾਈ, ਮੋਹਰਾਂ ਹੁਣ ਚੈੱਕ ਕਰਾ ਲੈਣ ਉਸਤਾਦ, ਫਿਰ ਮੋਹਰਾਂ ਚੈੱਕ ਕਰਾ ਲੈਣ ਅਤੇ ਫਿਰ ਵੀਡੀਓ ਬਣਾਵਾਂਗੇ ਨਾ। ਅਤੇ ਦੋਸਤ ਅਤੇ ਮਾਸ਼ਾਅੱਲਾ ਕਬੂਤਰ ਬੜੇ ਅੱਛੇ ਅੱਜ ਉੱਡੇ ਨੇ, ਅਤੇ ਜੋ ਟੋਟਲ ਹੋਣੇ ਮੇਰਾ 88 ਘੰਟੇ ਅਤੇ ਕੁਝ ਮਿੰਟ ਬਣਨ ਦੇ ਹੀ ਹੈ, ਪੱਕਾ ਪਤਾ ਨਹੀਂ। ਹੁਣ ਜਾਪੂ ਮੋਟਾ ਮੋਟਾ ਹਿਸਾਬ ਲਾਇਆ ਅਤੇ ਲੱਗਦਾ ਐਨ ਜੀ ਹੈ ਦੋਸਤ ਬਰਾਂਡੇ ਸ਼ੋਅ ਕਰਨ। ਉਸਤਾਦ ਚੌਧਰੀ ਹੁਰਮ ਛੱਤ, ਪੀਰ ਫਵਾਦ ਜ਼ੀਮ ਅਮਰਾ ਕਲਾਂ। ਇਹ ਡਬਲ ਮੋਰ ਕਬੂਤਰ ਜਿਹੜੇ ਉੱਚੇ ਚਵੀਆਂ 'ਤੇ ਬੈਠਾ, ਬਾਕੀ ਵੀ ਕਬੂਤਰ ਸਾਰੇ ਬੜੇ ਅੱਛੇ ਉੱਡ ਕੇ ਬੈਠੇ ਨੇ। ਮਾਸ਼ਾਅੱਲਾ ਹੈ ਸਾਰੇ, ਮਾਸ਼ਾਅੱਲਾ ਜਿਹੜਾ ਉਸਤਾਦ ਜੀ ਜਿਹੜਾ ਅੱਜ ਪਹਿਲੀ ਦਫਾ ਉੱਡੇ ਹਨ। ਇਹ ਦੋਸਤੋ ਭਰਾਓ ਅੱਜ ਜੀ ਦੀ ਪਹਿਲੀ ਫਿਰਤ ਹੈ ਅੱਜ ਨਾ, ਕਿਉਂਕਿ ਪਿਛਲੀ ਫਿਰ 6 ਹੀ ਬੈਠੇ ਅਤੇ ਇਹ ਨਵਾਂ ਪਾਇਆ ਆ, ਅਤੇ ਬਾਕੀ ਹੈ। ਅਤੇ ਭਾਈ ਜੀ ਮੋਹਰਾਂ ਸ਼ੋਰਾਂ ਚੈੱਕ ਕਰ ਲਈਆਂ ਜੀ, ਅਤੇ ਕਿਹੜੀ ਛਾਤੀ ਤਰਫੋਂ ਆਇਓ? ਸਬਰ ਚੰਡੀਗਾ। ਅਤੇ ਦੋਸਤੋ ਭਰਾਓ ਅਗਲੀ ਫਿਰਤ ਵਾਸਤੇ ਦੁਆ ਕਰਿਓ ਅਤੇ ਅੱਲਾ ਦੇ ਵਾਲੇ। ਭਰਾਓ ਭਾਈ ਹੋਰੀ ਹੁਣ ਚੱਲੇ ਨੇ ਵਾਪਸ, ਖੈਰ ਮੁਬਾਰਕ। ਦੋਸਤੋ ਭਰਾਓ ਅਗਲੀਆਂ ਫਿਰਤਾਂ ਵਾਸਤੇ ਦੁਆ ਕਰਿਓ, ਚੌਕੀ ਚੌਕੀ ਜਿਹੜਾ ਨਾ। ਠੀਕ ਠਾਕ ਵੇਖੀ ਤੁਸੀਂ, ਆਪਣਾ ਨਾਮ ਹੀ ਦੱਸੋ ਅੱਜ। ਸ਼ੇਖ ਅਕਰਮ ਡਿੰਗੇ ਤੋਂ, ਠੀਕ। ਤੁਸੀਂ ਅੱਗੇ ਵੀ ਹਮੇਸ਼ਾ ਹੀ ਆਉਂਦੇ ਹੋ ਨਾ, ਠੀਕ ਬਿਲਕੁਲ। ਹਾਂ ਜੀ ਦੋਸਤੋ ਅਤੇ ਭਰਾਓ, ਉਮੀਦ ਕਰਨੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਅੱਜ 88 ਘੰਟੇ 18:19 ਬਣੇ ਨੇ, ਮਾਸ਼ਾਅੱਲਾ ਪਰਿੰਦੇ ਬੜੇ ਅੱਛੇ ਉੱਡੇ ਨੇ। ਅਗਲੀ ਫਿਰਤ ਵਾਸਤੇ ਵੀ ਤੁਸੀਂ ਦੁਆ ਕਰਿਓ, ਅਤੇ ਕੱਪਾਂ ਵਿੱਚ ਪੋਜੀਸ਼ਨਾਂ ਬਹੁਤ ਅੱਛੀਆਂ ਜਾ ਰਹੀਆਂ ਨੇ, ਠੀਕ ਹੈ। ਜ਼ਿਆਦਾਤਰ ਕੱਪਾਂ ਵਿੱਚ ਪਹਿਲੀ ਪੋਜੀਸ਼ਨ ਹੈ, ਕਈਆਂ ਵਿੱਚ ਦੂਸਰੀ, ਕਈਆਂ ਵਿੱਚ ਤੀਸਰੀ ਵੀ ਹੈ, ਠੀਕ ਹੈ। ਇਸ ਤਰ੍ਹਾਂ ਮਾਸ਼ਾਅੱਲਾ, ਕਿਉਂਕਿ ਪਹਿਲੀ ਫਿਰ 'ਤੇ ਇੱਕ ਪਰਿੰਦਾ ਵੀ ਨਹੀਂ ਆਇਆ ਬੈਠ ਸਕਿਆ ਆ, ਉਦੋਂ 67 ਘੰਟੇ 30 ਮਿੰਟ ਹੈ। ਅੱਜ ਵੀ ਬੜੇ ਅੱਛੇ ਘੰਟੇ ਬਣੇ ਨੇ, ਟੋਟਲ 155 ਘੰਟੇ ਦੇ ਕੁਝ ਮਿੰਟ ਬਣ ਗਏ ਨੇ। ਮਾਸ਼ਾਅੱਲਾ ਤੀਸਰੀ ਫਿਰਤ ਵਾਸਤੇ ਦੁਆ ਕਰਿਓ, ਅਤੇ ਇਨਸ਼ਾਅੱਲਾ ਪਰਿੰਦੇ ਅੱਛੇ ਹੀ ਉੱਡਣਗੇ। ਅਤੇ ਡੇਰੇ ਐਂਡਿੰਗ ਕਰਨ ਦਾ ਯਾਦ ਨਹੀਂ ਰਿਹਾ, ਹੁਣ ਘਰ ਪਹੁੰਚਿਆ ਤਾਂ ਮੈਂ ਆਖਿਆ ਐਂਡਿੰਗ ਕਰੀਏ ਵੀਡੀਓ ਦੀ, ਫਿਰ ਐਡੀਟਿੰਗ ਕਰਨੀ ਆ ਅਤੇ ਅਪਲੋਡ ਕਰਨੀ ਆ। ਤੁਸੀਂ ਪਿਆਰੇ ਪਿਆਰੇ ਕਮੈਂਟਸ ਕਰੋ ਅਤੇ ਦੁਆਵਾਂ ਕਰੋ, ਅਸੀਂ ਵੀ ਤੁਹਾਨੂੰ ਹਮੇਸ਼ਾ ਦੁਆਵਾਂ ਯਾਦ ਰੱਖਦੇ ਹਾਂ। ਅਤੇ ਅਗਰ ਕੋਈ ਗਲਤੀ ਹੋਈ ਹੈ ਤਾਂ ਮਾਫ਼ ਕਰਿਓ, ਇਸੇ ਦੁਆ ਦੇ ਨਾਲ ਕਿ ਅੱਲਾ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਇਸਦੇ ਮੁਸਕਰਾਉਂਦਿਆਂ ਰੱਖੇ। ਅਸੀਂ ਤੁਹਾਡੇ ਕੋਲ ਚਾਹੁੰਦੇ ਹਾਂ ਇਜਾਜ਼ਤ, ਜ਼ਿੰਦਗੀ ਰੀਤ ਫਿਰ ਮਿਲ ਹੀ ਪਵਾਂਗੇ ਅਗਲੀ ਵੀਡੀਓ ਵਿੱਚ, ਹੈ ਨਹੀਂ ਮੀਰ ਖਾਂ? ਓਕੇ, ਅੱਲਾ ਹਾਫਿਜ਼।